ਅਸਲਾਮੁਆਲਿਕ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸੜੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ فرمਾਈ ਤੇ ਮਿਠਾ ਜੀ ਬੜੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕਿਆ ਮੀਆਂ ਨਵਾਜ਼ ਸ਼ੀਫ ਸਾਹਿਬ ਦੀ ਪਾਕਿਸਤਾਨ ਦੇ ਵਿੱਚ ਆਮਦ ਆਮਦ ਔਰ ਦੁਬਈ ਤੋਂ ਤਿਆਰਾ ਜਿਹੜਾ ਉਹ ਵੀ ਇੱਕ ਬੁੱਕ ਕਰ ਲਿਆ ਗਿਆ ਔਰ ਉਸ ਤਿਆਰੇ ਦਾ ਨਾਮ ਜਿਹੜਾ ਉਮੀਦ ਦੇ ਪਾਕਿਸਤਾਨ ਤਿਆਰਾ ਰੱਖ ਦਿੱਤਾ ਗਿਆ ਤੇ 21 ਤਰੀਕ ਨੂੰ ਮੀਆਂ ਸਾਹਿਬ ਜਿਹੜੇ ਨੇ ਉਸ ਉਮੀਦ ਦੇ ਪਾਕਿਸਤਾਨ ਤਿਆਰੇ ਤੇ ਸਵਾਰ ਹੋ ਕੇ ਆਪਣੇ ਸੰਗੀਆਂ ਸਾਥੀਆਂ ਦੇ ਨਾਲ ਤੇ ਪਹੁੰਚਣਗੇ اسلامਬਾਦ ਔਰ اسلامਬਾਦ ਦੇ ਵਿੱਚੋਂ ਉਹ ਲੈਣਗੇ ਹਫਾਜ਼ਤੀ ਜ਼ਮਾਨਤ ਰਾਦਾਰੀ ਜ਼ਮਾਨਤ ਔਰ ਉਸ ਤੋਂ ਬਾਅਦ ਉਹ ਲਾਹੌਰ 에ਅਰਪੋਰਟ ਤੇ ਪਹੁੰਚਣਗੇ ਤੇ ਉਸ ਤੋਂ ਬਾਅਦ ਫਿਰ ਉਹ ਮਨਾਰਾ ਪਾਕਿਸਤਾਨ ਦੇ ਵਿੱਚ ਆਪਣੇ کارਕੁਨਾਂ ਦੇ ਨਾਲ ਖਤਾਬ ਕਰਨ ਦੇ ਇਹ ਜਿਹੜੀ ਤਾਜ਼ਾ ਤਰੀਨ ਸਾਡੇ ਕੋਲ ਇਹ ਇਹ ਖਬਰ ਆਈ ਹੈ ਮੈਂ ਕਿਹਾ ਮੈਂ ਇਹ ਤੁਹਾਡੇ ਗੋਸ਼ਟ ਗੁਜ਼ਾਰ ਕਰਦੇ ਹਾਂ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਇਆ। ਅ ਇਸ ਤੋਂ ਪਹਿਲੇ ਸੀ ਅੱਗੇ ਟੁਰੀ ਹੈ ਤੁਹਾਡੇ ਅਗੇ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੜ ਚੜ ਕੇ ਲਾਈਕ ਦਾ ਬਟਨ ਵੀ ਦਬਾਇਆ ਕਰੋ, ਕਮੈਂਟ ਵੀ ਕਰਿਆ ਕਰੋ, ਅੱਗੇ ਵੀ ਟੋਰਿਆ ਕਰੋ, ਲੋਕਾਂ ਨੂੰ ਵੀ ਦੱਸਿਆ ਕਰੋ, ਫੜ ਫੜ ਕੇ ਸਬਸਕ੍ਰਾਈਬ ਕਰਾਇਆ ਕਰੋ ਤੇ ਲਾਈਕ ਕਰਾਇਆ ਕਰੋ। ਕੀ ਖਿਆਲ ਮਿੱਠਾ ਜੀ ਹੈ? ਅੱਛਾ ਜੀ 9 ਮਈ ਹਮਲੇ ਪੀਰਨੀ ਦੀ ਗ੍ਰਿਫਤਾਰੀ ਦਾ ਫੈਸਲਾ। ਵੱਡੀ ਗਵਾਹੀ ਆ ਗਈ ਇਹ ਮਾਮਲਾ ਤੁਹਾਨੂੰ ਦੱਸਨੇ। ਦਸੰਬਰ ਤੋਂ ਪਹਿਲਾਂ ਭਰਸੀ ਲਗ ਮਾਰਚ ਅਸਮ ਮਨੀਰ ਦੇ ਖਿਲਾਫ ਸੀ ਇਹ ਕੀ ਮਾਮਲਾ ਇਹ ਤੁਹਾਨੂੰ ਦੱਸਨੇ ਆ ਅੱਗੇ ਸਰਕਾਰ ਤੁਸੀਂ ਆ ਜਾਓ ਮੇਰੇ ਮਿੱਠਿਓ ਸੁਪਰੀਮ ਕੋਰਟ ਦੇ ਵਿੱਚ ਵੱਡੀ ਸਮਾਤ ਤੇ ਵੱਡੇ ਜੱਜਾਂ ਦੇ ਦਰਮਿਆਨ ਝਗੜਾ ਤੇ ਤਲਖ ਕਲਾਮੀ ਇਹ ਕੀ ਮਾਮਲਾ ਇਹ ਤੁਹਾਨੂੰ ਦੱਸਨੇ ਆ ਚਲੋ ਇੱਥੋਂ ਹੀ ਅਸੀਂ ਸ਼ੁਰੂ ਕਰ ਲੈਨੇ ਆ ਕਿਉਂਕਿ ਸੁਪਰੀਮ ਕੋਰਟ ਦੇ ਵੱਡੇ ਲੋਗ ਨੇ ਵੱਡੇ ਜੱਜ ਨੇ ਵੱਡੇ ਰੌਲੇ ਨੇ ਵੱਡੇ ਝਗੜੇ ਨੇ ਵੱਡੇ ਤਾਨੇ ਮਿਹਨੇ ਉੱਥੇ ਦਿੱਤੇ ਜਾ ਰਹੇ ਨੇ ਔਰ ਇਮਰਾਂਡੂ ਜਿਹੜੇ ਨੇ ਇਹ ਬਾਜ਼ ਆਉਣ ਦੀ ਕੋਸ਼ਿਸ਼ ਨਹੀਂ ਕਰਦੇ ਸਪਰੀਮ ਕੋਰਟ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪਾਰਲੀਮੈਂਟ ਨੇ ਜਿਹੜਾ ਕਾਨੂੰਨ ਬਣਾਇਆ ਐ ਐਕਟ ਬਣਾਇਆ ਸਪਰੀਮ ਕੋਰਟ ਪ੍ਰੋਸੀਜਰਲ ਜਿਹੜਾ ਐਕਟ ਤੁਸੀਂ ਉਹਨੂੰ ਕਹਿੰਦੇ ਹੋ ਕਿ ਰੋਜ਼ਮਰਾ ਸਪਰੀਮ ਕੋਰਟ ਦੇ ਵਿੱਚ ਕਿਸ ਤਰ੍ਹਾਂ ਕਾਨੂੰਨ ਚੱਲਨੇ ਚਾਹੀਦੇ ਨੇ ਕਿਸ ਤਰ੍ਹਾਂ ਕੇਸ ਲੱਗਨੇ ਚਾਹੀਦੇ ਨੇ ਸੋ ਮੋਟੋ ਕਿਸ ਤਰ੍ਹਾਂ ਲੈਣੇ ਚਾਹੀਦੇ ਨੇ ਮਤਲਬ ਲੁਬੇ ਲਬਾਬੇ ਵੇ ਕਿ ਫਰਦੇਵਾਇਦ ਜਿਹੜੀ ਆ ਉਹਦੇ ਕੋਲੋਂ ਸੁਪਰੀਮ ਕੋਰਟ ਦੀ ਜਾਨ ਚੁੜਾਈ ਜਾ ਮਤਲਬ ਫਰਦੇਵਾਇਦ ਦਾ ਮਰਾਦੇ ਵਿੱਚ ਸੁਪਰੀਮ ਕੋਰਟ ਅਚਾਂਚੇ ਜਿਵੇਂ ਮਾਰਸ਼ਲ ਲੱਗਾ ਜਿਵੇਂ ਬੰਦੇ ਆਲ ਸੀ ਉਸ ਤੋਂ ਪਹਿਲੇ ਸਾਖਬ ਅਨਸਾਰ ਸੀ ਉਹ ਐਨਜੀਸੀ ਵਿੱਚ ਮ ਸੁਪਰੀਮ ਕੋਰਟ ਵਿੱਚ ਮਾਰਸ਼ਲ ਲੱਗਾ ਥੱਲੇ ਸ਼ਾਈ ਕੋ ਨਹੀਂ ਉਹ ਕਰ ਲਈ ਪੈਸੇ ਖਾਈ ਜਾਂਦਾ ਖਾਈ ਜਾਂਦਾ ਔਰ ਫੈਸਲੇ ਆਪਣੀ ਮਰਜ਼ੀ ਦੇ ਆਪਣੀ ਮਨਪਸੰਦ ਪਾਰਟੀ ਦੇ ਹੱਕ ਵਿੱਚ ਕੀਤੇ ਜਾਂਦਾ ਔਰ ਇਨਸਾਫ ਔਰ ਕਾਨੂੰਨ ਦੀਆਂ ਤੱਚੀਆਂ ਜਿਹੜੀਆਂ ਨੇ ਉਹ ਬਖੇੜੀ ਜਾਂਦਾ ਤੇ ਇਹ ਸਾਰੇ ਝੱਖੜ ਤੋਂ ਬਚਣ ਵਾਸਤੇ ਪਾਰਲੀਮੈਂਟ ਨੇ ਇੱਕ ਕਾਨੂੰਨ ਪਾਸ ਕੀਤਾ ਐ ਸੁਪਰੀਮ ਕੋਰਟ ਦੇ ਬਾਰੇ ਪ੍ਰੋਸੀਜਰਲ ਐਕਟ ਜਿਹੜਾ ਸੀ ਉਹ ਬਣਾਇਆ ਗਿਆ ਔਰ ਬੰਦਿਆਲ ਨੇ ਆ ਕੇ ਉਹਦੇ ਤੇ ਸਟੇਜ ਅਜਿੱਤਾ ਕਿਉਂਕਿ ਬੰਦਿਆਲ ਨੇ ਤਾਂ ਪਤਾ ਪੈਸੇ ਫੜੇ ਆ ਔਰ ਬੰਦਿਆਲ ਜਿਹੜਾ ਉਹ ਵੀ 9 ਮਈ ਦੇ ਚੱਕਰ ਦੇ ਵਿੱਚ ਮਲਬਸ ਸੇ ਫੈਮਿਲੀ ਵੀ ਮਲਬਸ ਸੇ ਪੂਰਾ ਟੱਬਰ ਜਿਹੜਾ ਉਹ ਮਲਬਸ ਸੇ ਬੰਦਿਆਲ ਜਿਹੜਾ ਉਸ ਵੀ ਫੜੇ ਜਾਣਾ ਇਸ ਕੇਸ ਵਿੱਚ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਕਿਧਰੇ ਨਾ ਕਿਧਰੇ ਹੱਥੇ ਉਸ ਚੜ ਜਾਣਾ ਸਾਡੇ ਇਹ ਮੈਂ ਤੁਹਾਨੂੰ ਦੱਸ ਦਿਆਂ ਇਹ ਹੁਣ ਜਨਾਬ ਵੱਡਾ ਦਿਨ ਸੀ ਅੱਜ ਵੀ ਬੜੇ ਬੜਾ ਬਹਿਸ ਮੁਬੈਸਾ ਬੜੇ ਮੁਕਾਲਮੇ 15 ਜੱਜ ਬੈਠੇ ਨੇ ਔਰ ਸੁਣਦੇ ਨੇ ਪੇ ਕੇਸ ਵਕੀਲ ਵੀ ਲੱਗੇ ਨੇ ਕੁਝ ਇਮਰਾਂਡੂ ਵਕੀਲ ਵੀ ਨੇ ਕੁਝ ਜਮਹੂਰੀ ਵਕੀਲ ਵੀ ਨੇ ਤੇ ਆਪਣੇ ਆਪਣੇ ਦਲਾਈਲ ਜਿਹੜੇ ਨੇ ਉਹ ਦਿੱਤੀ ਜਾ ਰਹੇ ਨੇ ਇਹਦੇ ਦੌਰਾਨ ਹੀ ਅੱਜ ਦੋ ਵੱਡੇ ਜੱਜ ਜਿਹੜੇ ਨੇ ਉਹਨਾਂ ਦੇ ਦਰਮਿਆਨ ਕੋਈ ਬਹਿਸ ਮੁਬੈਸਾ ਵੀ ਅਸੀਂ ਟੀਵੀ ਤੇ ਵੇਖਿਆ ਕਿ ਕਾਜ਼ੀ ਫਾਇਜ਼ ਜੀ ਸਾਹਿਬ ਔਰ ਮੁਨੀਬ ਅਖਤਰ ਸਾਹਿਬ ਜਿਹੜੇ ਨੇ ਉਹ ਆਪਸ ਆਪਸ ਦੇ ਵਿੱਚ ਥੋੜਾ ਜਿਹਾ ਕੋਈ ਭੇੜ ਕਰਨ ਦੀ ਕੋਸ਼ਿਸ਼ ਹੋਈ ਹੈ ਬਲਕਿ ਭੇੜ ਕੀਤਾ ਗਿਆ ਮੁਨੀਬ ਅਖਤਰ ਦੀ ਤਰਫੋਂ ਕਿ ਜੀ ਇਹ ਕੀ ਹੋ ਰਿਹਾ ਹੈ ਤੇ ਐਂ ਜੇ ਤੇ ਫਲਾ ਹੈ ਤੇ ਉਹਨਾਂ ਦੇ ਦੋਨੋਂ ਨੇ ਕਿਹਾ ਕਿ ਸੁਪਰੀਮ ਕੋਰਟ ਜਿਹੜੀ ਹੈ ਜਾਂ ਜੱਜ ਜਿਹੜੇ ਨੇ ਸਾਬਕਾ ਚੀਫ ਜਸਟਿਸ ਸਾਹਿਬ ਸਹਿਬਾਨ ਜਿਹੜੇ ਨੇ ਉਹਨਾਂ ਨੇ ਮਾਰਸ਼ਲ ਲਾ ਨੂੰ ਵੀ ਇੱਥੇ ਪਨਾ ਦਿੱਤੀ ਤੇ ਉੱਤੇ ਮੋਹਰਾਂ ਲਾਈਆਂ ਤੇ ਸਾਰਾ ਕੁਝ ਕੀਤਾ ਤੇ ਇੱਥੋਂ ਫਿਰ ਉਹ ਮਨੀਬ ਅਖਤਰ ਜਿਹੜਾ ਪੜਨ ਗਿਆ ਕਿਉਂਕਿ ਉਹ ਜ਼ਹਿਰੀ ਗੱਲ ਉਹ ਗੰਦੇ ਜ਼ਿਹਨ ਦਾ ਆਦਮੀ ਹੈ ਔਰ ਉਹ ਮਨੀਬ ਅਖਤਰ ਉਹ ਹੀ ਹੈ ਨਾ ਉਹ ਕਰਾਚੀ ਵਾਲਾ ਯਾਰ ਜਿਹਦੇ ਮੁੰਡੇ ਨੇ ਆਪਣੇ ਇੱਕ ਯਾਰ ਦੇ ਨਾਲ ਸ਼ਾਦੀ ਕੀਤੀ ਆ ਅੱਛੀ ਗੱਲ ਹੈ ਕਰਨੀ ਚਾਹੀਦੀ ਹੈ ਤੇ ਕਿਹੜੀ ਗੱਲ ਹੈ ਮੈਂ ਤੇ ਬਲਕਿ ਮੁਬਾਰਕਬਾਦ ਵੀ ਕਈ ਦਫਾ ਦੇ ਚੁੱਕੇ ਆ ਉਹਦੇ ਮੁੰਡੇ ਨੇ ਆਪਣੇ ਦੋਸਤ ਨਾਲ ਮੁੰਡੇ ਨਾਲ ਵਿਆਹ ਜਿਹੜਾ ਉਹ ਖੜਕਾਏ ਆ ਔਰ ਆਪਣੀ ਹੰਸੀਬੰਦ ਸੀ ਜ਼ਿੰਦਗੀ ਜਿਹੜੀ ਆ ਉਹ ਗੁਜ਼ਾਰ ਦਿਨ ਪੈ ਤੇ ਇਹ ਜਨਾਬ ਉਥੇ ਝਗੜਾ ਜਿਹੜਾ ਇਹ ਇਹ ਚੱਲਿਆ ਔਰ ਜ਼ੈਰੀ ਗੱਲ ਇਹ ਮਨੀਰ ਅਖਤਰ ਟਾਈਪ ਜਿਹੜੇ 2-3 ਲੋਗ ਨੇ ਇਹਨਾਂ ਨੇ ਪੈਸਾ ਹੀ ਇੰਨਾ ਖਾਦਾ ਔਰ ਇਹ ਆئین ਔਰ ਕਾਨੂੰਨ ਨੂੰ ਮੰਨਦੇ ਹੀ ਨਹੀਂ ਔਰ ਇਹ ਆਪਣੀ ਅਜਾਰਾਦਾਰੀ ਬੰਦਿਆਲ ਦੀ ਤਰ੍ਹਾਂ ਕਾਇਮ ਕਰਨਾ ਚਾਹੁੰਦੇ ਨੇ ਤੇ ਅੱਛੀ ਗੱਲ ਹੈ ਕਿ ਇਹਦਾ ਫੈਸਲਾ ਹੁਣ ਹੋ ਜਾਏ ਕਰੀਬ ਅਸੀਂ ਪਹੁੰਚ ਚੁੱਕੇ ਆ ਮੇਰੇ ਖਿਆਲ ਨਾਲ ਅੱਜ ਦੁਬਾਰਾ ਫਿਰ ਸਮਾਤ ਹੋਏਗੀ ਤੇ ਅੱਜ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਸਾਡੀ ਇਹ ਦੁਆ ਵੀ ਹੈ ਕਿ ਇਹ ਫੈਸਲਾ ਆئین ਔਰ ਕਾਨੂੰਨ ਦੇ ਮੁਤਾਬਕ ਆਏ ਕਿਉਂਕਿ ਫੁੱਲ ਕੋਰਟ ਬੈਠੀ ਔਰ ਜਮਹੂਰੀਅਤ ਆئین ਔਰ ਪਾਰਲੀਮੈਂਟ ਦੀ ਪਾਸ ਤਾਰੀ ਕੀਤੀ ਜਾਏ ਔਰ ਆਵਾਮੀ ਨਮਾਇੰਦਿਆਂ ਦਾ ਜਿਹੜਾ ਹੱਕ ਹੈ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਾਣਾ ਉਹਨੂੰ ਮਸਖ ਨਾ ਕੀਤਾ ਜਾਏ ਔਰ ਸਾਨੂੰ ਇਹਦੇ ਚੋਂ ਉਮੀਦ ਹੈ ਤੇ 15 ਜੱਜਾਂ ਦੇ ਵਿੱਚੋਂ ਤਰੇਹ ਜੱਜ ਸਾਨੂੰ ਜਿਹੜੇ ਨੇ ਇਮਰਾਂਡੂ ਇਸ ਵਕਤ ਤੱਕ ਨਜ਼ਰ ਆ ਰਹੇ ਨੇ ਤੇ ਇਹ ਫੈਸਲਾ ਜਿਹੜਾ ਇਹ 12 ਤਰੇ ਦਾ ਆ ਸਕਦਾ ਹੈ ਜਾਂ 11 4 ਦਾ ਆ ਸਕਦਾ ਹੈ ਇਸ ਹੱਦ ਤੱਕ ਸਾਡੀ ਕੋ ਸਮਝ ਬੂਝ ਜਿਹੜੀ ਹੈ ਨਾ ਉੱਥੇ ਪਹੁੰਚਦੀ ਪਈ ਹੈ ਤੇ ਅੱਲਾ ਕਰੇ ਕਿ ਆਇਨ ਦੀ ਜਿੱਤ ਹੋਵੇ ਔਰ ਕਾਜ਼ੀ ਫਾਇਜ਼ ਈਸਾ ਦੀ ਜਿੱਤ ਹੋਵੇ ਇਹ ਜਿਹੜਾ ਮੁਕਾਬਲਾ ਉੱਥੇ ਜੁੜੇ ਆ ਟੀਵੀ ਦੇ ਉੱਤੇ ਲਾਈਵ ਪ੍ਰੋਗਰਾਮ ਇਹ ਇਹ ਜਿਹੜਾ ਚੱਲੇ ਆ ਇਹਦੇ ਚੋਂ ਆਇਨ ਔਰ ਆਇਨ ਕੌਮ ਕਾਨੂੰਨ ਦੀ ਬਹਾਲੀ ਇਹ ਔਰ ਵੋਟ ਦੀ ਇੱਜ਼ਤ ਜਿਹੜੀ ਹੈ ਇਹਦੇ ਵਿੱਚੋਂ ਨਿਕਲਣੀ ਚਾਹੀਦੀ ਹੈ ਠੀਕ ਹੋ ਗਿਆ ਜੀ ਅਗਲੀ ਖਬਰ ਤੇ ਆਜੋ ਦਸੰਬਰ ਤੋਂ ਪਹਿਲਾਂ ਫਾਂਸੀ ਤੇ ਲੰਗ ਮਾਰਚ ਆਸਮਨੀਰ ਦੇ ਖਿਲਾਫ ਜਿਹੜਾ ਇਹ ਕੀਤਾ ਗਿਆ ਦਸੰਬਰ ਤੋਂ ਪਹਿਲਾਂ ਫਾਂਸੀ ਯਾ ਉਮਰ ਕਾਇਦਾ ਦਾ ਮਾਮਲਾ ਜਿਹੜਾ ਉਹ ਬੜਾ ਅੱਗੇ ਨਿਕਲ ਗਿਆ ਦੋ ਕੇਸ ਨੇ ਸਾਈਫਰ ਕੇਸ ਤੇ ਫੌਜ ਤੇ ਹਮਲਿਆਂ ਦਾ ਕੇਸ ਸਾਈਫਰ ਕੇਸ ਜਿਹੜਾ ਉਹਨਾਂ ਪਰ ਲੱਗ ਗਿਆ ਨੇ ਫਰਦੇ ਜੁਰਮ ਨੋਟਿਸ ਜਾਰੀ ਹੋ ਚੁੱਕੇ ਨੇ ਔਰ ਅਗਲੇ ਚੰਦ ਹਫ਼ਤਿਆਂ ਦੇ ਵਿੱਚ ਇਹ ਇਹਦਾ ਕੱਟੀ-ਕੱਟਾ ਜਿਹੜਾ ਉਹ ਨਿਕਲ ਜਾਣਾ ਔਰ ইমরান ਖਾਨ ਔਰ ਉਹਦੇ ਵਕੀਲਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਖਾਨ ਸਾਹਿਬ ਦੀ ਇਹਦੇ ਚ ਲੰਮੀ ਜਿਹੜੀ ਹੈ ਨਾ ਉਹ ਸਜ਼ਾ ਇਹਨਾਂ ਨੂੰ ਹੋਣੀ ਹੈ ਤੇ ਇਸ ਵਾਸਤੇ ਉਹ ਬੜੇ ਹੀਲੇ ਬਹਾਨੇ ਇਸਤੇਮਾਲ ਕਰਦੇ ਨੇ ਪਾ ਕਦੀ ਫਰਦਰ ਜੁਰਮ ਨਹੀਂ ਵਸੂਲ ਕਰਨ ਦੇ ਕਦੀ ਨੋਟਿਸ ਨਹੀਂ ਵਸੂਲ ਕਰਨ ਦੇ ਕਦੀ ਕਹਿਣ ਦੇ ਕਮਰਾ ਛੋਟਾ ਹੈ ਕਦੀ ਕਹਿਣ ਦੇ ਦੀਵਾਰ ਘਰਾ ਦਿਓ ਕਦੀ ਕਹਿੰਦੇ ਜਿਮ ਚਾਹੀਦੀ ਹੈ ਠੰਡਾ ਪਾਣੀ ਨਹੀਂ ਆ ਰਿਹਾ ਗਰਮ ਨਹੀਂ ਆ ਰਿਹਾ ਲੱਸੀ ਨਹੀਂ ਮਿਲਦੀ ਦਹੀਂ ਨਹੀਂ ਮਿਲਦੀ ਦੇਸੀ ਚੂਚਾਜ ਨਹੀਂ ਆਇਆ ਅੱਜ ਬੱਕਰਾ ਨਹੀਂ ਆਇਆ ਇਸ ਤਰ੍ਹਾਂ ਦੀਆਂ ਗੱਲਾਂ ਉੱਥੇ ਆ ਕੇ ਅਦਾਲਤ ਦੇ ਵਿੱਚ ਕਰਦੇ ਨੇ ਤੇ ਫਰਦਰ ਜੁਰਮ ਰਸੀਵ ਕਰਕੇ ਉੱਤੇ ਸਿਗਨੇਚਰ ਜਿਹੜਾ ਉਹ ਨਹੀਂ ਕਰਦੇ ਪਾ ਬਹਰਲ ਜ਼ਰੀ ਗੱਲ ਉਹਨਾਂ ਨੂੰ ਕਰਨੀ ਹੀ ਪੈਣਾ ਦਿਹਾੜੀ ਆਦੀ ਦੇ ਵਿੱਚ ਕਿਉਂਕਿ ਜਦੋਂ ਇਸ਼ੂ ਹੋ ਚੁੱਕੀ ਹੈ ਫਰਦੇ ਜੁਰਮ ਤੇ ਗੱਲ ਜਿਹੜੀ ਉੱਥੇ ਮੁੱਕ ਗਈ ਤੇ ਇਹ ਜੋ ਸਾਡੇ ਕੋਲ ਰਿਪੋਰਟ ਆਂਦੀ ਹੈ ਕਿ ਇਸ ਵਕਤ ਕਿ ਇਹ ਜਿਹੜੇ ਦੋ ਕੇਸ ਨੇ ਇਹਨਾਂ ਦੇ ਵਿੱਚੋਂ ਚਲੋ ਸਾਈਫਰ ਜਿਹੜਾ ਉਹਦੇ ਵਿੱਚ ਤੇ ਤੁਸੀਂ 7 ਸਾਲ 14 ਸਾਲ ਜਾਂ 21 ਸਾਲ ਤੱਕ ਸਜ਼ਾ ਜੰਨਦੀ ਹੈ ਬਣਦੀ ਹੈ ਨਜ਼ਰ ਵੀ ਆਂਦੀ ਹੈ ਸ਼ਬਾਜ਼ ਗਿਲ ਤੇ ਕਹਿ ਵੀ ਚੁੱਕਿਆ ਕਿ 7 ਸਾਲ ਦੀ ਸਜ਼ਾ ਇਹਦੇ ਵਿੱਚ ਬਣਦੀ ਹੈ ਕਾਨੂੰਨ ਦੇ ਮੁਤਾਬਕ ਲੇਕਿਨ ਜੱਜ ਜਿਹੜਾ ਉਹ 14 ਸਾਲ ਦੇਣਾ ਚਾਹੁੰਦਾ ਹੈ ਹੋਨ ਪਤਾ ਨਹੀਂ ਜੱਜ ਤੋਂ 14 ਸਾਲ ਦੇਣਾ ਚਾਹੁੰਦਾ ਜਾਂ ਸ਼ਬਾਜ਼ ਗਿੱਲ ਜਿਹੜਾ ਉਹ ਪਹਿਲਾਂ ਹੀ ਉਹ ਕਹਿ ਰਿਹਾ ਕਿ ਇਹ 14 ਹੀ ਹੋਣੀ ਹੈ ਜਾਂ 21 ਸਾਲ ਹੋਣੀ ਹੈ ਜਦੋਂ ਸੱਤ ਤੇ ਉਹ ਮੰਨ ਗਿਆ ਨਾ ਤੇ ਨਾਲ ਉਹ ਸ਼ਾਹ ਮਮਦ ਕੁਰੈਸ਼ੀ ਵੀ ਇਸ ਕੇਸ ਵਿੱਚ ਫਸਿਆ ਤੇ ਕੋਈ 2-4 ਸਾਲ ਦਾ ਝੁੰਗਾ ਤੇ ਉਹਨੂੰ ਵੀ ਨਾਲ ਮਿਲਦਾ ਨਾ ਸ਼ਰੀਕੇ ਜੁਰਮ ਦੇ ਵਿੱਚ ਵੀ ਠੀਕ ਹੋ ਗਿਆ ਨਾ ਤੇ ਹੋਰ ਵੀ ਕਈ ਹੋ ਸਕਦਾ ਛੋਟੇ-ਛੋਟੇ ਲੋਕ ਜਿਹੜੇ ਨੇ ਉਹ ਵੀ ਆਣ ਤੇ ਉਹਨਾਂ ਨੂੰ ਵੀ ਕੋਈ ਸਾਲ-ਸਾਲ 2-2 ਸਾਲ ਇਹਦੇ ਵਿੱਚ ਇਹ ਰਗੜਾ ਜਿਹੜਾ ਉਹ ਲੱਗੇ ਕਿਉਂਕਿ ਜੁਰਮ ਬਹੁਤ ਵੱਡਾ ਹੈ ਰਿਆਸਤ ਦੇ ਖਿਲਾਫ ਹੈ ਬਹੁਤ ਵੱਡਾ ਜੁਰਮ ਹੈ ਇਹ ਜਿਹੜਾ ਸਾਈਫਰ ਕੇਸ ਹੈ ਤੇ ਬਾਕੀ ਜਿਹੜਾ 9 ਮਈ ਵਾਲਾ ਕੇਸ ਹੈ ਉਹਦੇ ਵਿੱਚ ਤੇ ਸਿੱਧੀ ਸਿੱਧੀ ਸਜ਼ਾਏ ਮੌਤ ਹੈ 11 ਕੇਸ ਨੇ ਔਰ 11 ਦੇ ਵਿੱਚ ਹੀ ਸਜ਼ਾਏ ਮੌਤ ਤੋਂ ਥੱਲੇ ਕੋਈ ਸਵਾਲ ਪੈਦਾ ਨਹੀਂ ਹੁੰਦਾ ਔਰ ਗਵਾਹੀਆਂ ਵੀ ਆ ਚੁੱਕੀਆਂ بڑے بڑے ਰੋਲੇ ਵੀ ਪੈ ਚੁੱਕੇ ਔਰ ਹਰ ਪਾਸੇ ਅਜੇ ਪਤਾ ਨਹੀਂ ਕੀ ਕੀ ਆਣਾ ਹੈ ਉਹਦੇ ਵਿੱਚ ਕਿੰਨਿਆਂ ਕਿੰਨਿਆਂ ਨੇ ਲੋਕਾਂ ਨੇ ਆ ਕੇ ਅਜੇ ਪ੍ਰੈਸ ਕਾਨਫਰੰਸ ਕਰਨੀਆਂ ਨੇ ਔਰ ਚਸ਼ਮਦੀਦ ਔਰ ਸਾਹਮਣੇ ਜਿਹੜੇ ਸਬੂਤ ਨੇ ਉਹਨਾਂ ਦੇ ਕੋਲ ਹੱਥ ਤੇ ਵਿੱਚ ਮੋਬਾਈਲ ਦੇ ਵਿੱਚ ਉਹਨਾਂ ਪੇਸ਼ ਕਰਨੇ ਨੇ ਤੇ ਦਸੰਬਰ ਤੱਕ ਦੀ ਖਬਰ ਜਿਹੜੀ ਹੈ ਇਹ ਸਾਡੇ ਕੋਲ ਆਂਦੀ ਹੈ ਵੀ ਕਿ ਇਹਨਾਂ ਦੋਹਾਂ ਕੇਸਾਂ ਦੇ ਵਿੱਚ ਖਾਨ ਸਾਹਿਬ ਆਖਰੀ ਆਰਾਮਗਾਹ ਜਿਹੜੀ ਹੈ ਨਾ ਉਹਦੇal ਜਾਂਦੇ ਸਾਨੂੰ ਨਜ਼ਰ ਆਉਂਦੇ ਨੇ ਤੇ ਅੱਲਾਹ ਕਰੇ ਸਾਡੀ ਵੀ ਦੁਆ ਹੈ ਕਿ ਇਹ ਸਾਰਾ ਸਾਜਿਕਾ ਜਿਹੜਾ ਏ ਟੁਰੇ ਤੇ ਅਗਲੀ ਖਬਰ ਇੱਕ ਲਾਂਗ ਮਾਰਚ ਅਸਮਨੀਰ ਦੇ ਖਿਲਾਫ ਕੀਤਾ ਗਿਆ ਇਹ ਲਾਂਗ ਮਾਰਚ ਜਿਹੜਾ ਏਸੀ ਤੁਹਾਨੂੰ ਪਹਿਲੀ ਦੱਸ ਚੁੱਕੇ ਹੁਣ ਗਵਾਹੀਆਂ ਆ ਰਹੀਆਂ ਨੇ ਚਸ਼ਮਦੀਦ ਕਿ ইমরান ਖਾਨ ਸਾਹਿਬ ਜਿਹੜੇ ਨੇ ਉਹ ਪਿਛਲੇ 6-8 ਮਹੀਨੇ ਤੋਂ 9 ਮਈ ਤੋਂ ਪਹਿਲੇ ਇਹ ਪਲਾਨਿੰਗ ਕਰ ਰਹੀ ਸੀ ਜ਼ਮਾਨਪਾਰਤ ਦੇ ਵਿੱਚ ਆਪਣੇ ਹਵਾਰੀਆਂ ਦੇ ਨਾਲ ਔਰ ਜਿਹੜੇ ਗਵਾਹ ਨੇ ਉਹ ਦੱਸਦੇ ਨੇ ਕਿ ਅੰਦਰੋਂ ਫੌਜ ਦੇ ਵਿੱਚੋਂ ਵੀ ਕੁਝ ਲੋਕ ਇਹਨਾਂ ਦੇ ਨਾਲ ਸ਼ਾਮਲ ਸੀ ਜਿਹੜੀ ਗੱਲ ਇਹੋ ਫੈਜ਼ ਉਮੀਰ ਦੀ ਗੱਲ ਹੀ ਕਰ ਰਹੇ ਹੋਣ ਇਹਨਾਂ ਤੇ ਜਾਂ ਹੋਰ ਜਿਹੜੇ ਲੋਕ ਅੱਜਕੱਲ ਫੜੇ ਗਏ ਨੇ ਕੋਈ ਬਰਗੇਡੀਅਰ ਕੋਈ ਕਰਨਲ ਕੋਈ ਫਲਾਣਾ ਕੋਈ ਫਲਾਣਾ ਇਹ ਕੋ 100-150 ਦਾ ਜਿਹੜਾ ਮਜਮਾ ਸੀ ਅੰਦਰ ਅੰਦਰ ਖਾਤੇ ਜਿਹੜਾ ਅਸ਼ਵਾਜ਼ ਗਿਲ ਕਹਿੰਦਾ ਸੀ ਕਿ ਤੁਸੀਂ ਬਗਾਵਤ ਕਰ ਜਾਓ ਤੇ ਇਹ ਕਰ ਜਾਓ ਤੇ ਉਹ ਕਰ ਜਾਓ ਵਿੱਚ ਹੈ ਸਰ ਨਾ ਹੋ ਸਕਦਾ ਅਜੇ ਵੀ ਕੁਝ ਚਾਰ ਦਾਣੇ ਕਿਧਰੇ ਹੋ ਨਹੀਂ ਬੈਠੇ ਇੱਕ ਛੁਪੇ ਛਪਾਏ ਫੌਜ ਦੇ ਵਿੱਚ ਸਨ ਕੀ ਪਤਾ ਇਹ ਤੇ ਹੁਣ ਸ਼ਾਹ ਦੇ ਜਾਣਨ ਤੇ ਉਹਨਾਂ ਦਾ ਮਾਮਲਾ ਜਾਣ ਉਹ ਜਨਾਬ ਜ਼ਮਾਨਪਾਟ ਦੇ ਵਿੱਚ ਇਹ ਜਸ਼ਮਦੀਦ ਕਹਿੰਦਾ ਸਦਾਕਤ ਅਲੀ ਬਾਸੀ ਕਿ ਉੱਥੇ ਇਹ ਪਲਾਨ ਬਣਿਆ ਸੀ ਕਿ ਅਰਸ਼ਦ ਸ਼ਰੀਫ ਨੂੰ ਪਹਿਲੇ ਇਹਨਾਂ ਨੇ ਮਰਵਾਇਆ ਇਹ ਜਿਹੜਾ ਕਿ ਅਸੀਂ ਤੁਹਾਨੂੰ ਪਹਿਲੀ ਰਾਤ ਦੀ ਦੱਸ ਦਿੱਤਾ ਸੀ ਕਿ ਇਹਦੇ ਪਿੱਛੇ ਕੌਣ ਅਰਸ਼ਦ ਸ਼ਰੀਫ ਨੂੰ ਕਹਿੰਦਾ ਕਿ ਪਹਿਲੇ ਮਰਵਾਇਆ ਗਿਆ اور پھر ਜਦੋਂ ਉਹਦੀ ਖਬਰ ਆ ਗਈ ਕਿ ਉਹ چلا گیا اس دنیا ਨੂੰ ਤੇ ਫਿਰ ਪੀਰਨੀ ਨੇ ਹੁਕਮ ਦਿੱਤਾ سوشل میڈیا ਟੀਮ ਨੂੰ ਕਿ اے ਤੁਸੀਂ ਫੌਜ ਔਰ ਪੀਡੀਐਮ ਤੇ ਪਾ ਦਿਓ ਯਾਨੀ ਫੌਜ ਤੇ ਪਾ ਦਿਓ ਤੁਸੀਂ ਇਹ ਉਦੋਂ ਤਾਂ ਪੀਡੀਐਮ ਦੀ ਪਤਾ ਨਹੀਂ ਹਕੂਮਤ ਐਸੀ ਜਾਂ ਨਹੀਂ ਮੇਰੇ ਖਿਆਲ ਨਾਲ ਬਣ ਚੁੱਕੀ ਸੀ ਹਾਂ ਉਹਨੇ ਕਿਹਾ ਵੇ ਤੁਸੀਂ ਪੀਡੀਐਮ ਤੇ ਪਾ ਦਿਓ ਔਰ ਫੌਜ ਤੇ ਪਾ ਦਿਓ ਔਰ ਇਹਦੇ ਉੱਤੇ ਅਸੀਂ ਅਸਮ ਨੀਰ ਦੀ ਤਕਰਰੀ ਰੁਕਵਾਣੀ ਤੇਰੀ ਤਸਵੀਰ ਲਾ ਕੇ ਉਹ ਕੰਟੇਨਰ ਦੇ ਉੱਤੇ ਤੇ ਸਾਰਾ ਪੂਰਾ ਇੱਕ ਹਿਸਾਬ ਕੱਬ ਬਣਾ ਕੇ ਤੇ ਉਹ ਚਸ਼ਮਦੀਦ ਕਹਿੰਦਾ ਕਿ ਅਸੀਂ ਹੈਰਾਨ ਹੋ ਗਏ ਕਿ ਹਜੇ 5 ਮਿੰਟ ਨਹੀਂ ਹੋਏ ਉਹਨੂੰ ਆਪਣੇ ਅਰਸ਼ਦ ਸ਼ਰੀਫ ਨੂੰ ਮਰਿਆ ਤੇ ਪੋਸਟਰ ਬੈਨਰ ਜਿਹੜੇ ਨੇ ਉਹ ਨਿਕਲਣੇ ਸ਼ੁਰੂ ਹੋ ਗਏ ਮਤਲਬ ਕਿ ਪਹਿਲੇ ਬਣਾ ਕੇ ਰੱਖੇ ਸੀ ਹਫ਼ਤਾ 10 ਦਿਨ ਪਹਿਲੇ ਇਹ ਪੋਸਟਰ ਬੈਨਰ ਜਿਹੜੇ ਨੇ ਔਰ ਸਾਰਾ ਹਿਸਾਬ ਕੱਬ ਜਿਹੜਾ ਔਰ ਯਾਂ ਹੀ ਉਹਦੀ ਮੌਤ ਦੀ ਖਬਰ ਆਉਂਦੀ ਹੈ ਉਸੇ ਵਕਤ ਦੀ ਮੀਟਿੰਗ ਜਿਹੜੀ ਹੈ ਉਹ ਬੁਲਾਈ ਗਈ ਕਿ ਅਸੀਂ ਇੱਧੇ ਤੇ ਖੇਡਨਾ ਅਰਸ਼ਦ ਸ਼ਰੀਫ ਦੀ ਦੀ ਲਾਸ਼ ਦੇ ਉੱਤੇ ਤੇ ਇਹ ਖਬਰਾਂ ਮੈਂ ਤੁਹਾਨੂੰ ਉਦੋਂ ਦੀਆਂ ਦੇ ਚੁੱਕੇ ਹਾਂ ਹੁਣ ਕਿਉਂਕਿ ਜਿਹੜੇ ਵਿੱਚ ਬੈਠੇ ਸੀ ਪਲਾਨ ਕਰਦੇ ਸੀ ਸਦਾਕਤਬਾਸੀ ਵਰਗੇ ਤੇ ਉਸਮਾਨ ਧਾਰ ਵਰਗੇ ਉਹ ਆ ਕੇ ਦੱਸਦੇ ਨੇ ਪਾ ਤੇ ਹੁਣ ਸਾਡੀ ਖਬਰ ਦੀ تصਦੀਕ ਵੀ ਹੁੰਦੀ ਹੈ ਅੱਲਾ ਦੇ ਫਜ਼ਲੁਕੁਰਮ ਦੇ ਨਾਲ ਉਹ ਕਹਿੰਦਾ ਮੈਂ ਇਧਰੋਂ ਮਰਦਾ ਇਧਰੋਂ ਪੋਸਟਰ ਔਰ ਬੈਨਰ ਬਾਹਰ ਨਿਕਲਉਂਦੇ ਨੇ 5 ਮਿੰਟ ਔਰ ਸੋਸ਼ਲ ਮੀਡੀਆ ਨੂੰ ਪੀਰ ਨੇ ਹੁਕਮ ਕੀਤਾ ਕਿ ਛੱਕ ਤਰੂ ਦਿਓ ਹਰ ਪਾਸੇ ਫੌਜ ਤੇ ਇਲਜ਼ਾਮ ਲਾ ਦੇਓ ਔਰ ਪੀਡੀਐਮ ਤੇ ਇਲਜ਼ਾਮ ਲਾ ਦੇਓ ਔਰ ਨਵਾਜ਼ ਸ਼ਰੀਫ ਤੇ ਇਲਜ਼ਾਮ ਲਾ ਕਿ ਉਹਨਾਂ ਨੇ ਇਹਨੂੰ ਬਰਵਾਇਆ ਤੇ ਅੰਦਰ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਚ ਕਰਨ ਕਿ ਅਸਾਂ ਹੋਣ ਇਹਦੇ ਤੇ ਖੇਡਣਾ ਮਤਲਬ ਕਿ ਆਪੇ ਮਰਵਾ ਕੇ ਆਪੇ ਅਸੀਂ ਇਹਦੇ ਤੇ ਖੇਡਣਾ ਔਰ ਉਹ ਲਾਂਗ ਮਾਰਚ ਜਿਹੜਾ ਸੀ ਚਸ਼ਮਦੀਤ ਕਹਿੰਦਾ ਬੈ ਜਿਹੜਾ ਵਿੱਚ ਸੀ ਲਾਂਗ ਮਾਰਚ ਤੇ ਕਿ ਇਹ ਲਾਂਗ ਮਾਰਚ ਆਸਮਾਨੀਰ ਸਾਹਿਬ ਦੀ ਤਕਰੀਰ ਰੁਕਵਾਉਣ ਵਾਸਤੇ ਕੀਤਾ ਗਿਆ ਤੇ ਇਹੋ ਹੀ ਮੈਂ ਤੁਹਾਨੂੰ ਦੱਸ ਰਿਹਾ ਸੀ ਪਿਛਲੇ ਉਹਨਾਂ ਮਹੀਨਿਆਂ ਤੋਂ ਜਿਹੜਾ ਅੱਜ ਹੈ ਸਦਾਕਤ ਵਾਸੀ ਅਰੀ ਉਸਮਾਨ ਢਾਰ ਅਰੀ ਤੇ ਫਰਖ ਖਬੀਬ ਅਰੀ ਤੇ ਸਾਰੇ ਆ ਕੇ ਜਿੰਨਾ ਦੱਸਣਾ ਹੈ ਜਾਂ ਕੁਝ ਦੱਸ ਚੁੱਕੇ ਇਹੀ ਅਸੀਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਦੇ ਸੀ ਤੇ ਅੱਜ ਤੇ ਸਾਡੀਆਂ ਗੱਲਾਂ ਤੇ ਅੱਲਾ ਨੇ ਮੋਹਰ ਲਾ ਦਿੱਤੀ ਨਾ ਹਰ ਪਾਸਿਆਂ ਠੀਕ ਹੋ ਗਿਆ ਨਾ ਜੀ ਤੇ ਇਹ ਇਹ ਲਾਂਗ ਮਾਰ ਜਿਹੜਾ ਸੀ ਇਹ ਅਰਸ਼ਦ ਸ਼ਰੀਫ ਨੂੰ ਪਹਿਲੇ ਮਰਵਾਇਆ ਬਕੌਲ ਤਰੀਕੇ ਇਨਸਾਫ ਦੇ ਵੱਡੇ ਰਹਿਨਮਾ ਜਿਹੜੇ ਨੇ ਉਹਨਾਂ ਦੇ ਔਰ ਉਸ ਤੋਂ ਬਾਅਦ ਉਹਨੇ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹਵਾ ਦੇਣ ਦੀ ਕੋਸ਼ਿਸ਼ ਕੀਤੀ ਫੈਜ਼ ਉਮੀਦ ਮਲਵਿਸੀ ਵਿੱਚ ਲਾਂਗ ਮਾਰ ਤੇ ਕਿ ਆਸਮ ਨੀਰ ਨੂੰ ਅਸੀਂ ਨਹੀਂ ਬਣਨ ਦੇਣਾ ਲੇਕਿਨ ਨਵਾਜ਼ ਸ਼ਰੀਫ ਡਟਿਆ ਰਿਹਾ ਉਹਨੇ ਕਿਹਾ ਕਿ ਮੈਂ ਬਣਾਣਾ ਤੇ ਆਸਮ ਨੀਰ ਨੂੰ ਬਣਾਣਾ ਵਰਨਾ ਕੋਈ ਹੋਰ ਨਹੀਂ ਬਣੇਗਾ ਏ ਤੇ ਹੋ ਗਈ ਗੱਲ ਉਹ ਅੱਗੇ ਸਰਕਾਰ ਆ ਜੋ 9 ਮਈ ਹਮਲੇ ਪੀਰਨੀ ਦੀ ਗ੍ਰਿਫਤਾਰੀ ਦਾ ਫੈਸਲਾ ਵੱਡੀ ਗੁਵਾਈ ਆ ਗਏ 9 ਮਈ ਹਮਲਿਆਂ ਦੇ ਵਿੱਚ ਹਰ ਰੋਜ਼ ਨਵੇਂ ਤੋਂ ਨਵੇਂ ਕਿਰਦਾਰ ਨਵੇਂ ਤੋਂ ਨਵੇਂ ਇਨਕਸ਼ਾਫਾਤ ਆਈ ਜਾ ਰਹੇ ਨੇ ਲੇਕਿਨ ਅਸੀਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਕਿਹਾ ਸੀ 8-9 ਮਹੀਨਿਆਂ ਤੋਂ ਕਿ ਪੀਰਨੀ ਜਿਹੜੀ ਉਹ ਵਿੱਚ ਮਲਬਸ ਹੈ ਪੀਰਨੀ ਨੇ ਸਾਰਾ ਸਾਾਕਤਾ ਜਿਹੜਾ ਉਹ ਸੰਭਿਆ ਜਿਵੇਂ ਜਿਵੇਂ ਪੀਰਨੀ ਕਹਿੰਦੀ ਗਈ ਹੈ ਨਿਆਜ਼ੀ ਉਵੇਂ ਉਵੇਂ ਕਰਦਾ ਗਿਆ ਕਿਉਂਕਿ ਨਿਆਜ਼ੀ ਆਪ ਤੇ ਉਹਦਾ ਕੋਈ ਸਾਥ ਦਾ ਕੰਮ ਨਹੀਂ ਨਾ ਕਰਦਾ ਖਤਮ ਜੂਏ ਨਸ਼ਾ ਕਰ ਕਰਕੇ ਉਹਦਾ ਖਾਤੇ ਜਿਹੜਾ ਉਹ ਉਹ ਚੱਕਣਾ ਚੂਰ ਹੋ ਚੁੱਕਿਆ ਹੈ ਇਹਦੇ ਚੋਂ ਗੱਲ ਇਹ ਨਿਕਲਦੀ ਪਈ ਹੈ ਕਿ ਚਸ਼ਮਦੀਦ ਗਵਾਹ ਜਿਹੜਾ ਉਹ ਸਾਹਮਣੇ ਆਉਂਦਾ ਜਿਹਦਾ ਨਾਮ ਸਦਾਕਤ ਅਲੀਬਾਸੀ ਹੈ ਉਹ ਕਹਿੰਦਾ ਕਿ ਵੈਸੇ ਤੇ ਪਿਛਲੇ 6-8 ਮਹੀਨੇ ਤੋਂ ਹੀ ਜਿਹੜੀ ਵੀ ਸਾਡੀ ਮੀਟਿੰਗ ਹੋਈਏ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਖਾਨ ਸਾਹਿਬ ਦੀ ਗ੍ਰਿਫਤਾਰੀ ਕਿਸੇ ਵਕਤ ਵੀ ਹੋ ਸਕਦੀ ਹੈ ਇਹ 9 ਮਈ ਤੋਂ ਪਹਿਲੇ ਦੀ ਗੱਲ ਹੈ ਇਨਾਉ ਮੈਂ ਇਹ ਤੋਂ ਪਹਿਲੇ ਦੀ ਗੱਲ ਉਹ ਦੱਸਦੇ ਨੇ ਪੈ। ਉਹ ਜਦੋਂ ਦੂਸਰੇ ਕੇਸ ਨਹੀਂ ਸੀ ਬਣੇ ਖਾਨ ਸਾਹਿਬ ਦੇ ਉੱਤੇ ਉਤੋਸ਼ਾ ਖਾਨਾ ਚੱਲਦਾ ਸੀ ਪਿਆ ਠੋਕਾ ਠਕਾਈ ਵਾਲਾ ਚੱਲਦਾ ਸੀ ਪਿਆ ਔਰ 9 10 ਮਾਰਚ ਨੂੰ ਜਿਹੜੀ ਹੰਗਾਮਾ ਰਾਈ ਕੀਤੀ ਸੀ ਜ਼ਮਾਨ پارک ਦੇ ਆਲੇ ਦੁਆਲੇ ਗੱਡੀਆਂ ਸਾੜੀਆਂ ਗਈਆਂ ਸੀ ਪੁਲਿਸ ਵਾਲਿਆਂ ਨੂੰ ਮਾਰਿਆ ਗਿਆ ਸੀ ਤੇ ਪੈਟਰੋਲ ਬੰਬ ਚਲਾਇਆ ਗਿਆ ਸੀ ਉਹ ਕੇਸ ਜਿਹੜਾ ਉਹਦੀ ਉਹਦੀ ਗੱਲ ਪੈ ਕਰਨੇ ਆ। ਉਹਦੇ ਵਿੱਚ ਵੀ ਉਹਦੀ ਗ੍ਰਿਫਤਾਰੀ ਮਤਲੂਬ ਸੀ ਨਾ ਜਿਹਦੇ ਵਿੱਚ ਫਿਰ ਲਾਹੌਰ ਹਾਈ ਕੋਰਟ ਜ਼ਮਾਨਤਾਂ ਦੀਆਂ ਜ਼ਮਾਨਤਾਂ ਦੇ ਜ਼ਮਾਨਤਾਂ ਥੋਕ ਦੇ ਹਿਸਾਬ ਤੇ ਦਿੰਦੀ ਗਈ ਤੇ ਬਚਦਾ ਗਿਆ ਇਹ ਸਾਰਾ ਦਸਤਗਰਦੀ ਦੇ ਪਰਚਿਆਂ ਤੋਂ ਬਚਦਾ ਗਿਆ ਔਰ ਉਸ ਤੋਂ ਬਾਅਦ ਇਸਲਾਮਾਬਾਦ ਦਾ ਜਿਹੜਾ ਕੰਪਲੈਕਸ ਕਿਸੇ ਜੁਡੀਸ਼ੀਅਲ ਕੰਪਲੈਕਸ ਉਹਦੇ ਤੇ ਹਮਲਾ ਕੀਤਾ ਉਹਦਾ ਗੇਟ ਤੋੜਿਆ ਉਹ ਵੀ ਪਰਚਾ ਸੀ ਉਹਦੇ ਚੱਕਰੇ 'ਚ ਵੀ ਗ੍ਰਿਫਤਾਰੀ ਅਗੋਂ ਨੈਬ ਦਾ ਜਿਹੜਾ ਤੁਸ਼ਾਹ ਖਾਨ ਵਾਲਾ ਕੇਸ ਸੀ ਉਹਦੇ 'ਚੋਂ ਗ੍ਰਿਫਤਾਰੀ ਔਰ ਅਲ ਕਾਦਰ ਟਰਸਟ ਵਾਲਾ ਉਹ ਕੇਸਾਂ ਦੀ ਮੈਂ ਗੱਲ ਕਰ ਰਿਹਾ ਹਾਂ ਜਿਹੜੇ 9 ਮਈ ਤੋਂ ਪਹਿਲੇ ਵਾਲੇ ਕੇਸ ਨੇ ਤੇ ਉਹ ਕਹਿੰਦਾ ਕਿ ਸੰਤ ਹਰ ਰੋਜ਼ ਜਦੋਂ ਮੀਟਿੰਗ ਹੁੰਦੀ ਸੀ ਇਹ ਹੀ ਕਹੇ ਰਿਹਾ ਸੀ ਕਿ ਖਾਨ ਸਾਹਿਬ ਦੀ ਗ੍ਰਿਫਤਾਰੀ ਹੋਣੀ ਤੇ ਫਲਾਣੀ ਫਲਾਣੀ ਜਗਾ ਜਿਹੜੀ ਆ ਉਹ ਤੁਸਾਂ ਸਾੜਨੀ ਫੌਜ ਦੀ ਔਰ ਫੌਜ ਨੂੰ ਸਬਕ ਸਿਖਾਣਾ ਜਿੰਨੀ ਦੇਰ ਤੱਕ ਅਸੀਂ ਫੌਜ ਨੂੰ ਸਬਕ ਨਹੀਂ ਸਿਖਾਵਾਂਗੇ ਆਸਮ ਮਨੀਰ ਨੂੰ ਸਬਕ ਨਹੀਂ ਸਿਖਾਵਾਂਗੇ ਉਨੀ ਦੇਰ ਤੱਕ ਸਾਡਾ ਖਾਤਾ ਸਿੱਧਾ ਨਹੀਂ ਹੋਣਾ ਤੇ ਪੀਰਨੀ ਜਿਹੜੀ ਆ ਉਹਨੇ 7 ਮਈ ਨੂੰ ਅਜਲਾਸ ਬੁਲਾਇਆ 9 ਨੂੰ ਇਹ ਵਾਕਿਆ ਹੁੰਦਾ 7 ਮਈ ਨੂੰ ਪੀਰਨੀ ਅਜਲਾਸ ਬੁલાਉਂਦੀ ਹੈ ਜ਼ੂਮ ਦੇ ਉੱਤੇ ਅਸੀਂ ਉਹ ਆਂਦਾ ਕਿ 40 ਕੁ ਲੋਕ ਜਿਹੜਾ ਆ ਉਹਦੇ ਵਿੱਚ ਮੌਜੂਦ ਸੀ ਸਦਾਕਤ ਅਲੀਬਾਸੀ ਆਂਦਾ ਤੇ ਉਹਦੇ ਵਿੱਚ ਉਹਨੇ ਹੁਕਮ ਕੀਤਾ ਕਿ ਫਲਾਣੀ ਫਲਾਣੀ ਜਗਾ ਜਿਹੜੀ ਉਹ ਤੁਸੀਂ ਸਾੜਨੀ ਹੈ ਖਾਨ ਸਾਹਿਬ ਦੀ ਗ੍ਰਿਫਤਾਰੀ ਕਰੀਬ ਆ ਚੁੱਕੀ ਹੈ ਔਰ ਉਸ ਤੋਂ ਬਾਅਦ ਖਾਨ ਸਾਹਿਬ ਫਾਤਿਹ ਹੋ ਕੇ ਨਿਕਲਣਗੇ 10 12 ਤਰੀਕ ਨੂੰ ਔਰ ਹਕੂਮਤ ਸਾਦੀ ਹੋਏਗੀ ਔਰ ਖਾਨ ਸਾਹਿਬ ਵਜ਼ੀਰ وزارت-ਏ-ਉਜ਼ਮਾ ਦਾ ਹਲਫ ਉਠਾਉਣ ਦੇ ਚੀਫ ਜਸਟਿਸ ਜਿਹੜਾ ਉਹ ਹਲਫ ਲਏਗਾ ਇਸ ਸਦਾਕਤ ਅਲੀ ਅਬਾਸੀ ਔਰ ਇਸ ਤਰ੍ਹਾਂ ਦੇ ਜਿਹੜੇ ਗਵਾਹ ਨੇ ਆ ਕੇ ਹੁਣ ਹਰ ਚੀਜ਼ ਦੇਂਦੇ ਨੇ ਪੈ ਤੇ ਪੀਰਨੀ ਦੀ ਗ੍ਰਿਫਤਾਰੀ ਜਿਹੜੀ ਆ ਇਸ ਗਵਾਹੀ ਤੋਂ ਬਾਅਦ ਕਿਉਂਕਿ ਸਦਾਕਤ ਅਲੀ ਅਬਾਸੀ ਸਾਹਿਬ ਜਿਹੜੇ ਨੇ ਉਹਨਾਂ ਨੇ ਏ ਏ ਏ ਜਿਹੜਾ ਟੀਵੀ ਇੰਟਰਵਿਊ ਕੀ ਦਿੱਤਾ ਉਹਦੇ ਵਿੱਚ ਇਹ ਸਾਰੇ ਖਾਤੇ ਜਿਹੜੇ ਨੇ ਇਹ ਗੋਲ ਕਰ ਦਿੱਤੇ ਨੇ ਤੇ ਪੀਰਨੀ ਦੇ ਖਿਲਾਫ ਇਸ ਤੋਂ ਵੱਡੀ ਗੁਵਾਈ ਅਜੇ ਮੇਰੇ ਖਿਆਲ ਨਾਲ ਫਰਖ ਅਬੀਬ ਨੇ ਵੀ ਆਣਾ ਉਹਨੇ ਵੀ ਗੁਵਾਈ ਦੇਣੀ ਹੈ ਅਜੇ ਖਾਵਰ ਮਨੇਕਰ ਵੀ ਆਣਾ ਉਹਨੇ ਵੀ ਗੁਵਾਈ ਦੇਣੀ ਹੈ ਅਜੇ ਹੋਰ ਵੀ ਕਈ ਜਾਣੇ ਨੇ ਉਹਨਾਂ ਨੇ ਵੀ ਅਸ਼ੀਦੇ ਟੱਲੀ ਨੇ ਵੀ ਆ ਕੇ ਗੁਵਾਈ ਦੇਣੀ ਹੈ ਅਲੀ ਮੀਨ ਗੰਡਾਪੁਰ ਨੇ ਵੀ ਦੇਣੀ ਆ ਕੇ ਗੁਵਾਈ ਚਲੋ ਮੁਰਾਦ ਸਈ ਜਿਹੜਾ ਉਹ ਤੇ ਅਫਗਾਨਿਸਤਾਨ ਨਿਕਲ ਗਿਆ ਜੋ ਸਾਡੇ ਕੋਲ ਆਖਰੀ ਰਿਪੋਰਟ ਆਈਏ ਕੱਲ ਉਹ ਅਫਗਾਨਿਸਤਾਨ ਨਿਕਲ ਗਿਆ ਲੈਕਿਨ ਗਵਾਹੀਆਂ ਜਿਹੜੀਆਂ ਨੇ ਇਹ ਪੀਰਨੀ ਦੇ ਖਿਲਾਫ 9 ਮਈ ਦੇ ਹਵਾਲੇ ਦੇ ਨਾਲ ਸਦਾਕਤ ਅਲੀਬਾਦੀ ਜਿਹੜਾ ਹੈ ਉਹਨੇ ਇਹਦੇ ਉੱਤੇ ਆ ਕੇ ਮੋਹਰ ਲਾ ਦਿੱਤੀ ਹੈ ਬਹੁਤ ਸ਼ੁਕਰੀਆ